ਨਾਮ ਕਿਆ ਚੀਜ਼ ਹੈ? ਨਾਮ ਇਹ ਅੱਖਰ ਨਹੀਂ ਹੈ, ਉਹ ਇੱਕ ਸ਼ਕਤੀ ਹੈ ਜਿਸਨੇ ਇਹ ਖੰਡ ਬ੍ਰਹਮੰਡ ਬਣਾਏ ਹੈ। ਕੋਈ ਆਦਮੀ ਧਰਤੀ ਨਹੀਂ ਬਣਾ ਸਕਦਾ, ਪਹਾੜ ਨਹੀਂ ਬਣਾ ਸਕਦਾ, ਸਮੁੰਦਰ ਨਹੀਂ ਬਣਾ ਸਕਦਾ, ਸੂਰਜ ਚੰਦ ਤਾਰੇ ਨਹੀਂ ਬਣਾ ਸਕਦਾ, ਉਸਨੇ ਕਰੋੜੋਂ ਬ੍ਰਹਮੰਡ ਬਣਾਏ ਹੈ। ਇਹ ਪੜ੍ਹਤੇ ਹੈ ਨਾਮ ਕੇ ਤਾਰੇ ਸਗਲੇ ਚੰਦ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਨਾਮ ਕੇ ਤਾਰੇ ਆਕਾਸ਼ ਪਤਾਲ, ਨਾਮ ਕੇ ਤਾਰੇ ਬੁਰੀਆਂ ਸਭ ਪਵਨ। ਉਹ ਨਾਮ ਸਭ ਕੇ ਅੰਦਰ ਹੈ, ਜਾਂ ਹਿੰਦੂ, ਮੁਸਲਿਮ, ਸਿੱਖ, ਈਸਾਈ, ਚੂੜਾ ਚਮਿਆਰ, ਜਾਂ ਹਿੰਦੁਸਤਾਨ ਕਰਨ ਵਾਲਾ ਹੈ, ਚੀਨ ਕਰਨ ਵਾਲਾ ਹੈ, ਅਮਰੀਕਾ ਕਰਨ ਵਾਲਾ ਹੈ, ਕੋਈ ਫਰਕ ਨਹੀਂ ਪੜਦਾ। ਪਰ ਉਹ ਨਾਮ ਗੁਪਤ ਹੈ, ਉਹ ਗੁਪਤਾ ਨਾਮ ਵਰਤੇ ਵਿੱਚ ਕਲਜੁਗੇ ਕਟਕੜ ਭਰਪੂਰ ਰਿਹਾ। ਜੇ ਨਾਮ ਕੋ ਪੜ੍ਹ ਕਰ ਲੇ ਨਾਮ ਰੰਗ ਸਰਵ ਸੁਖ ਹੋਈ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੋ ਨਾਮ ਆਧਾਰ। ਇਹ ਪਲਟੂ ਲਿਖਾ ਹੈ ਕਿ ਜਿੰਨਾ ਅੰਦਰ ਨਾਮ ਨਿਧਾਨ ਹੈ ਤਿਨਕੇ ਕਰਤ ਜਾਂਦੇ ਰਸ, ਉਹ ਨਾਮ ਕੋ ਪੜ੍ਹ ਕਰ ਲਿਆ ਸਾਰੇ ਕੰਮ ਰਸ ਆ ਗਏ। ਤਿੰਨ ਚੁੱਕੀ ਮੋਹਤਾਜੀ ਲੋਕਨ ਕੀ, ਕਿਸੇ ਕੀ ਮੋਹਤਾਜੀ ਕਰਨੇ ਕੀ ਜ਼ਰੂਰਤ ਹੀ ਨਹੀਂ ਹੈ, ਹਰ ਪ੍ਰਭ ਅੰਕਰ ਬੈਠਾ ਪਾਸ। ਆਖ ਮਿੱਤੇ ਅੰਦਰ ਅੰਧੇਰਾ ਹੈ, ਇਹ ਅੰਧੇਰੇ ਮੇਂ ਆਇਆ ਅੰਧੇਰੇ ਮੇਂ ਚਲੇ ਗਿਆ। ਸੰਤ ਕਿਆ ਕਹਿੰਦੇ ਹੈ, ਨਾਮ ਸੁਣੀਏ ਘਟ ਚਾਨਣ। ਉਹਨੇ ਅੰਦਰ ਜੋਤ ਕੋ ਪ੍ਰਗਟ ਕੀਆ ਹੈ ਤੇ ਬਾਹਰ ਬਿਆਨ ਕੀਆ ਹੈ। ਉਸੀ ਨਾਮ ਕੋ ਕਹਿੰਦੇ ਹੈ ਸ਼ਬਦ, ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦੇ ਸ਼ਬਦ ਬਿਆ ਪ੍ਰਕਾਸ਼, ਸਗਲੀ ਸ੍ਰਿਸ਼ਟੀ ਸ਼ਬਦ ਕੇ ਪਾਛੇ, ਨਾਨਕ ਸ਼ਬਦ ਗੱਡੋ ਗੱਡ ਪਾਛੇ। ਉਹ ਸ਼ਬਦ ਸਭ ਕੇ ਅੰਦਰ ਹੈ, ਜਬ ਤੱਕ ਉਹ ਪ੍ਰਗਟ ਨਹੀਂ ਹੋਤਾ ਇਹ ਅੰਧੇਰਾ ਦੂਰ ਨਹੀਂ ਹੋਤਾ, ਇਹ 84 ਦਾ ਚੱਕਰ ਖਤਮ ਨਹੀਂ ਹੋਤਾ। ਬਿਨ ਸ਼ਬਦੇ ਅੰਦਰ ਹਨੇਰਾ, ਨਾ ਵਸਤੂ ਲੈ ਰਿਹਾ ਚੁੱਕੇ ਫੇਰਾ। ਉਸੀ ਉਹ ਕਹਿੰਦੇ ਹੈ ਸੱਚ, ਸੱਚ ਕਾ ਮਤਲਬ ਹੈ ਸੱਚ ਬੋਲਣਾ ਨਹੀਂ ਹੈ, ਉਹ ਸੱਚ ਤਾਕਤ ਹੈ। ਸੱਚ ਕਰਤਾ, ਕਰਤਾ ਕਿਆ, ਉਸਨੇ ਸਾਰੀ ਸ੍ਰਿਸ਼ਟੀ ਕੀ ਰਚਨਾ ਕੀ ਹੈ। ਸੱਚ ਕਰਨ ਹਾਰ ਹੈ, ਉਹ ਅੜਤਰੇਸੇ ਸਮਰਥ ਹੈ, ਉਹ ਬੇਮੋਤਾਜ ਤਾਕਤ ਹੈ। ਸੱਚ ਸਾਹਿਬ ਉਹ ਹਮਾਰਾ ਮਾਲਕ ਹੈ। ਸੱਚ ਟੇਕ ਉਸੇ ਕੀ ਟੇਕ ਰੱਖੋ, ਕਿਉਂ ਟੇਕ ਰੱਖੇ, ਸੱਚ ਮਿਲੇ ਪਹੁੰਚ ਆਈ। ਜੇ ਸੱਚ ਤਾਕਤ ਕੋ ਅੰਦਰ ਪੜ ਕਰ ਲੇ ਫਿਰ ਕਾਲ ਕਾ ਕੋਈ ਡਰ ਨਹੀਂ ਹੈ, ਧਰਮ ਰਾਜ ਕਾ ਕੋਈ ਡਰ ਨਹੀਂ, ਬੰਦੂਤੋਂ ਕਾ ਕੋਈ ਡਰ ਨਹੀਂ, ਕੋਈ ਬਾਡੀਗਾਰਡੋਂ ਕੀ ਲੋੜ ਨਹੀਂ ਹੈ, ਕੋਈ ਹਥਿਆਰੋਂ ਕੀ ਲੋੜ ਨਹੀਂ ਹੈ। ਯੁਪੀ ਮੈਂ ਹਜਾ ਸੱਚ ਮਿਲੇ ਪਹੁੰਚ ਆਈ ਫਿਰ ਕੋਈ ਡਰ ਰਹਿਤਾ ਹੀ ਨਹੀਂ ਹੈ। ਉਸੀ ਉਹ ਕਹਿੰਦੇ ਆ ਹੁਕਮ, ਹੁਕਮ ਹੋਵਨ ਆਕਾਰ, ਹੁਕਮ ਨੇ ਕਿਹਾ ਜਾਈ, ਹੁਕਮ ਹੋਵਨ ਜਿਉ ਹੁਕਮ ਮਿਲੇ ਵਡਿਆਈ। ਜੇ ਉਸਕੇ ਹੁਕਮ ਕੋ ਬੁਝ ਲੇ, ਜਿਸਕਾ ਹੁਕਮ ਬੋਝ ਸੁਖ ਹੋਈ, ਜਿਸਕਾ ਨਾਮ ਰੱਖ ਕੰਠ ਪਰੋਈ। ਉਸੀ ਉਹ ਕਹਿੰਦੇ ਆ ਰਾਮ, ਇਹ ਰਾਮ ਦਸ਼ਰਥ ਕਾ ਬੇਟਾ ਰਾਮ, ਇਹ ਸੰਤੋਂ ਕਾ ਰਾਮ ਨਹੀਂ ਹੈ। ਰਾਮ ਰਮੇਤਾ ਸੋ ਰਾਮਾ, ਉਹ ਤੋਂ ਇੱਕ ਕਰੰਟ ਹੈ, ਉਹ ਮਾਲਿਕ ਕੋਈ ਆਦਮੀ ਨਹੀਂ ਹੈ, ਉਹ ਤੋਂ ਇੱਕ ਕਰੰਟ ਹੈ ਤੇ ਉਸ ਕਰੰਟ ਸਭ ਕੇ ਅੰਦਰ ਬਹਿ ਰਹੀ ਹੈ।